ਸੋ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸੱਚ ਅ ਬ੍ਰਿਲੀਅੰਟ ਪਲੈਟਫਾਰਮ ਟੂ ਸ਼ੇਅਰ ਅ ਥੋਟ ਪ੍ਰੋਸੈਸ, ਟੂ ਸ਼ੇਅਰ ਅ ਲੀਗੇਸੀ ਐਂਡ ਇੰਡੀਡ ਅ ਪਲੈਜਰ ਸਿੰਸ ਮੋਰਨਿੰਗ ਇੰਜੋਇੰਗ ਐਵਰੀ ਸੈਸ਼ਨ ਦੈਟ ਵੀ ਹੈਵ ਹੈਡ. ਫਸਟ ਆਫ ਆਲ ਆਈ ਵਾਂਟ ਟੂ ਥੈਂਕ ਸਿੱਖ ਲੈਂਸ ਐਜ ਅ ਇੰਸਟੀਟਿਊਸ਼ਨ ਵਿੱਚ ਪ੍ਰਮੋਟਸ ਸੱਚ ਅ ਇੰਪੋਰਟੈਂਟ ਕੋਜ ਆਫ ਯੂਨਾਈਟਿੰਗ ਅਸ ਆਲ, ਐਂਡ ਮਿਸਟਰ ਉਜੇਸ਼ਵਰੀ ਸ਼ਰਮਾ ਹੂ ਹੈਜ਼ ਬਿਨ ਮਾਈ ਸਟੂਡੈਂਟ ਆਲਸੋ ਐਟ ਦ ਯੂਨੀਵਰਸਿਟੀ ਵੇਅਰ ਆਈ ਹੈਡ ਸੇਲਸ ਐਂਡ ਮਾਰਕੀਟਿੰਗ ਪ੍ਰੋਗਰਾਮਸ. ਥੈਂਕ ਯੂ ਸੋ ਮਚ, ਐਂਡ ਬਹੁਤ ਅੱਛਾ ਲੱਗਿਆ ਜੀ ਤੁਹਾਨੂੰ ਮਿਲ ਕੇ. ਔਰ ਫਿਲੰਥਰੋਪਿਕ ਐਜ਼ ਅ ਸਬਜੈਕਟ ਆਫ ਕੋਰਸ, ਸਿੱਖ ਧਰਮ ਇਜ਼ ਨੋਨ ਫੋਰ ਮੈਨੀ ਇਨੀਸ਼ੀਏਟਿਵਸ ਐਂਡ ਮੈਨੀ ਰਿਫੋਰਮਸ ਦ ਵਰਲਡ ਓਵਰ. ਲਾਈਕ ਸਵੇਰੇ ਅਸੀਂ ਗੱਲ ਕਰ ਰਹੇ ਸੀ ਆਵਰ ਹੈਰੀਟੇਜ, ਆਵਰ ਬੈਕਗਰਾਊਂਡ. ਸੀ ਲੰਗਰ ਦੀ ਪ੍ਰਥਾ, ਪੰਗਤ ਦੀ ਪ੍ਰਥਾ, ਐਂਡ ਇੱਕ ਇਮੇਜ ਬਣ ਚੁੱਕੀ ਹੈ ਸਿੱਖੀਜ਼ਮ ਦੇ ਨਾਲ ਕਿ ਜਿੱਥੇ ਵੀ ਸਿੱਖ ਨੇ ਇਸ ਧਰਮ ਦੇ ਵਿੱਚ ਦੇਣ ਦੀ ਦਸਵੰਧ ਦੀ ਪ੍ਰਥਾ, ਯੂ ਨੋ, ਸ਼ੇਅਰਿੰਗ ਯੋਰ ਨੋਟ ਓਨਲੀ ਵੈਲਥ ਬਟ ਆਲਸੋ ਦ ਰਿਸੋਰਸਿਸ, ਯੋਰ ਟੈਲੈਂਟ, ਐਵਰੀਥਿੰਗ ਦੈਟ ਗੋਡ ਹੈਜ਼ ਬਲੈਸਡ ਯੂ ਵਿਦ, ਔਰ ਉਸ ਚੀਜ਼ ਨੂੰ ਟੂ ਐਮਪਾਵਰ ਦ ਅਦਰਸ, ਟੂ ਐਮਪਾਵਰ ਦ ਪੀਪਲ, ਉਹ ਵਾਲੀ ਵੱਡੀ ਇੱਕ ਬਹੁਤ ਵੱਡੀ ਸਾਡੀ ਇੱਕ ਪਛਾਣ ਬਣ ਗਈ ਹੈ. ਔਰ ਅਸੀਂ ਦੇਖਿਆ ਨੋਟ ਓਨਲੀ ਇਨ ਦਿਸ ਕੰਟਰੀ ਬਟ ਦ ਵਰਲਡ ਓਵਰ, ਯੂ ਨੋ, ਦ ਗ੍ਰੇਟਰ ਬਲੈਸਿੰਗ, ਦ ਗ੍ਰੇਟਰ ਵੈਲਥ ਦੈਟ ਵੀ ਅਰਨ, ਵੀ ਟ੍ਰਾਈ ਟੂ ਸ਼ੇਅਰ ਇਟ ਅਮੰਗਸਟ ਦ ਪੀਪਲ, ਬੀ ਇਟ ਇਨ ਦ ਫੋਰਮਸ ਆਫ ਹੋਸਪਿਟਲਸ, ਆਈ ਕੈਂਪਸ, ਇਟ ਕੁਡ ਬੀ ਫੂਡ, ਇਟ ਕੁਡ ਬੀ ਐਨੀਥਿੰਗ. ਐਂਡ ਆਈ ਹੈਵ 3 ਡਿਗਨੇਟਰੀਜ਼ ਹੇਅਰ, ਰਾਦਰ ਸਾਡੇ ਸਿੱਖ ਕੌਮ ਦੀ ਸੁਨਹਿਰੀ ਅੱਖਰਾਂ ਦੇ ਵਿੱਚ ਜੇ ਨਾਮ ਲਿਖਿਆ ਹੈ, ਅਤੇ ਇੰਨੇ ਮਹਾਨ ਸ਼ਕਤੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਆਪਣੇ ਰਿਸੋਰਸਿਸ 'ਚੋਂ ਜਾਂ ਆਪਣੇ ਉਸ ਯੂ ਨੋ ਅੰਪਾਇਰ 'ਚੋਂ ਕੁਛ ਨਾ ਕੁਛ ਕੱਢ ਕੇ ਲੋਕਾਂ ਨੂੰ ਐਮਪਾਵਰ ਕੀਤਾ ਹੈ. ਯੂਨਾਈਟਿਡ ਸਿੱਖ ਮਿਸ਼ਨ ਤੁਸੀਂ ਕੀਤਾ ਹੈ ਇੱਕ ਇਨੀਸ਼ੀਏਟਿਵ, ਇਸ ਚੀਜ਼ ਦਾ ਕਿਵੇਂ ਤੁਹਾਨੂੰ ਸ਼ੁਰੂਆਤ ਹੋਈ, ਕੀ ਸੋਚਿਆ ਕਿ ਤੁਸੀਂ ਇੰਨੇ ਆਈ ਕੈਂਪਸ, ਤੁਸੀਂ ਸੋਲਰ ਪਾਵਰ ਯੂ ਨੋ ਫੈਸਿਲੀਟੇਸ਼ਨ, ਦਰਬਾਰ ਸਾਹਿਬ 'ਤੇ ਸਭ ਤੋਂ ਜ਼ਿਆਦਾ ਜੇ ਸੋਲਰ ਪਾਵਰ ਦਾ ਸੈਟਅਪ ਕੀਤਾ ਹੈ ਅਤੇ ਉਹ ਢੀਂਡਸਾ ਸਾਹਿਬ ਨੇ, ਸਰਦਾਰ ਰਸ਼ਪਾਲ ਸਿੰਘ ਢੀਂਡਸਾ ਸਾਹਿਬ ਨੇ ਕਰਵਾਇਆ ਹੈ, ਫਰੀ ਹੋਸਪਿਟਲਸ ਹੀ ਹੈਜ਼ ਕ੍ਰੀਏਟਡ, ਇਹ ਸਰ ਕਿਵੇਂ ਵਿਚਾਰ ਆਇਆ ਕਿ ਤੁਸੀਂ ਇਹ ਸਾਰਾ ਕੁਛ ਸਮਾਜ ਵਾਸਤੇ, ਲੋਕਾਂ ਵਾਸਤੇ ਇੱਕ ਸੇਵਾ ਦਾ ਮੌਕਾ ਨਿਭਾਓਗੇ? ਸਾਰੇ ਆਏ ਹੋਏ ਪਤਵੰਤ ਦੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਵਿੱਕੀ ਸਿੰਘ ਭਾਅ ਜੀ ਜਿਹਨਾਂ ਦੇ ਕਹਿਣ 'ਤੇ ਮੈਨੂੰ ਸਪੈਸ਼ਲ ਆਉਣਾ ਪਿਆ ਕਿਉਂਕਿ ਮੈਂ ਅਜੇ ਹੁਣੇ ਨਵੰਬਰ 'ਚ ਵਾਪਸ ਗਿਆ ਸੀ, ਕੱਲ੍ਹ ਹੀ ਐਂ ਥੋੜ੍ਹਾ ਗੱਲ ਖਰਾਬ ਆ. ਸੇਵਾ ਜੀ ਜਿਹੜੀ ਆਪ ਤੋਂ ਪਰੇ ਹੋ ਕੇ ਕਰਨਾ ਉਹਨੂੰ ਸੇਵਾ ਕਹਿੰਦੇ ਆ, ਜਿਹਦੇ ਵਿੱਚ ਆਪਣਾ ਤੁਹਾਡਾ ਮੋਟਿਵ ਆ, ਆਪਣਾ ਮਤਲਬ ਆ, ਉਹ ਸੇਵਾ ਨਹੀਂ ਹੋ ਸਕਦੀ. ਨਾ ਹੀ ਸੇਵਾ ਵਾਲੇ ਹਿਸਾਬ ਕਿਤਾਬ ਲਾ ਕੇ ਹੋ ਸਕਦੀ ਆ ਵੀ ਇਹ ਕਿੰਨੇ ਕਿੰਨਾ ਹੋ ਸਕਦੀ ਆ, ਕਦੋਂ ਹੋ ਸਕਦੀ ਆ, ਸਾਡੇ ਕੋਲ ਕੀ ਬਜਟ ਆ,
ਅੱਜ ਤੱਕ ਜਿੰਨੀ ਵੀ ਸੇਵਾ ਹੋਈ ਹੈ, ਚਾਹੇ ਉਹ ਅੱਖਾਂ ਦੀ ਕੈਂਪਰ ਦੀ ਲਾ ਲਓ, ਦਰਬਾਰ ਸਾਹਿਬ ਸੋਲਰ ਸਿਸਟਮ ਦੀ ਲਾ ਲਓ, ਪੀਸ ਕੋਰੀਡੋਰ ਕਰਤਾਰਪੁਰ ਸਾਹਿਬ ਦਾ ਜਿਹੜਾ ਬਣਿਆ ਗਿਆ, ਅੱਜ ਵੱਡੇ ਵੱਡੇ ਲੀਡਰ ਲਾਉਣ ਦੇ ਦਾਅਵੇ ਕਰਦੇ ਆ, ਜਾਂ ਜਦੋਂ COVID-19 ਸ਼ੁਰੂ ਹੋਇਆ ਸੀ ਸਾਨੂੰ ਇੱਕ ਕਾਲ ਆਈ ਸੀ 185 ਫੂਟ ਦੀ ਸਾਰੀ, ਵੀ ਇਹ ਸਾਨੂੰ ਬਣਾ ਦਿਓ। ਪਤਾ ਨਹੀਂ ਉਹ ਰੱਬ ਦੇ ਕਿਹੜੇ ਰੰਗ ਸੀ, ਅਸੀਂ 1 ਮਿਲੀਅਨ ਫੂਡ ਵੀ ਸਾਰਾ ਸਾਲ ਵੰਡਿਆ ਉਸ ਅਮਰੀਕਾ ਦੀ ਧਰਤੀ 'ਤੇ, ਜਿਹਦੇ 'ਤੇ ਜੋ ਬਾਈਡਨ ਨੂੰ ਵੀ ਦੇਖਣਾ ਪਿਆ ਵੀ ਜੇ ਤੁਸੀਂ ਕੋਈ ਸੇਵਾ ਸਿੱਖਣੀ ਤਾਂ ਸਿੱਖੋ, ਕੋਈ ਸਿੱਖੋ। ਇਹ ਅਚੰਬੇ ਦੀ ਬਾਤ ਆ, ਕਿਉਂਕਿ ਹੁਣੇ ਭਾਈ ਸਾਹਿਬ ਕਹਿ ਗਏ ਸੀ ਵੀ ਮਿਰੇਕਲ ਹੁੰਦੇ ਨਹੀਂ, ਇਹ ਹੋ ਗਏ। ਨਾ ਤਾਂ ਕੋਈ ਐਜੂਕੇਸ਼ਨ ਆ, ਨਾ ਇੰਨਾ ਪੈਸਾ ਹੈਗਾ ਵੀ ਜਿਹੜਾ ਕੋਲੋਂ ਲਾ ਸਕਦੇ ਹਾਂ। ਬਸ ਇੱਕ ਨਿਸ਼ਾਨਾ ਰੱਖੀਦਾ, ਨਿਸ਼ਾਨ ਵਾ ਦਿਓ ਅਤੇ ਐਕਸ਼ਨ ਸ਼ੁਰੂ ਕਰ ਦਿਓ। ਰਸਤਾ ਕਰਤਾਰਪੁਰ ਸਾਹਿਬ ਦਾ 2005 'ਚ ਸ਼ੁਰੂ ਕੀਤਾ ਸੀ, ਬਹੁਤ ਲੋਕਾਂ ਨੇ ਲਾਹਨਤਾਂ ਵੀ ਪਾਈਆਂ ਸਾਨੂੰ, ਮਾੜੇ ਵੀ ਬੋਲੇ ਵੀ ਕਈ, ਦੋ ਦੇਸ਼ਾਂ ਦੇ ਵੀ ਕਦੀ ਇਕੱਠ ਹੋ ਸਕਦਾ। 400 ਤੋਂ ਉੱਪਰ ਗੁਰਦੁਆਰਾ ਸਾਹਿਬਾਨ ਨੂੰ ਲੈਟਰ ਵੀ ਲਿਖੇ ਪਾਈ ਵੀ ਕੋਈ ਨਾ ਕੋਈ ਕੈਂਪੇਨ ਦੇ ਰਿਸਾਈਨ ਕੈਂਪੇਨ ਸ਼ੁਰੂ ਕਰੀਏ। ਕਿਸੇ ਨੇ ਕੋਈ ਜਵਾਬ ਦਿੱਤਾ ਸਵਾਏ ਕੀ ਨਹੀਂ ਅਤੇ ਦੋ ਗੁਰਦੁਆਰਾ ਸਾਹਿਬ ਤੋਂ। 2009 ਦੇ ਵਿੱਚ ਅਸੀਂ UNO ਦੇ US ਫਾਰਮਰ ਅੰਬੈਸਡਰ ਜੋਨ ਡਬਲਯੂ ਮਕਨਾਲਨ, ਜਿਹਨਾਂ ਨੇ ਤੁਰਕੀ ਦੌਰਾਨ ਨੂੰ ਇਹ ਇਰਾਕ ਨੂੰ ਜਿਹੜੀ ਗੱਡੀ ਬੰਦ ਸੀ ਚਲਾਈ ਸੀ, ਉਹਨਾਂ ਨਾਲ ਗੱਲਬਾਤ ਕੀਤੀ। ਅਸੀਂ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਸੱਦਿਆ, ਉਹਨਾਂ ਨੇ ਅਸੀਂ ਕਿਹਾ ਵੀ ਇਹ ਪੀਸ ਕੋਰੀਡੋਰ ਮਤਲਬ ਕਰਤਾਰਪੁਰ ਸਾਹਿਬ ਮਾਰਗ ਸਾਨੂੰ ਚਾਹੀਦਾ। ਜਦੋਂ ਸਾਰੀ ਸਟੱਡੀ ਉਹਨਾਂ ਨੇ ਕੀਤੀ, ਉਹਨੇ ਕਿਹਾ ਵੀ ਨਹੀਂ, ਇਹ ਕਰਤਾਰਪੁਰ ਸਾਹਿਬ ਮਾਰਗ ਤੁਹਾਡੇ ਲਈ ਹੋਵੇਗਾ, ਇਹ ਦੁਨੀਆ ਦਾ ਪੀਸ ਕੋਰੀਡੋਰ, ਸਾਊਥ ਏਸ਼ੀਅਨ ਪੀਸ ਕੋਰੀਡੋਰ ਬਣੇਗਾ। ਉੱਥੋਂ ਇੰਜੀਨੀਅਰ ਸਾਹਿਬ ਸਾਡੇ ਸੁਰਿੰਦਰ ਸਿੰਘ ਜੀ ਸੀ ਵਾਸ਼ਿੰਗਟਨ ਤੋਂ, ਉਹਨਾਂ ਨੂੰ ਭੇਜਿਆ ਗਿਆ। ਉਹਨੇ ਦੋਨਾਂ ਦੇਸ਼ਾਂ ਸਰਵੇ ਕੀਤੇ, ਬੁੱਕਲੈਟ ਤਿਆਰ ਕੀਤੀ ਦੋਨਾਂ ਦੇਸ਼ਾਂ ਨੂੰ। ਅਸੀਂ ਜਦੋਂ ਪਹਿਲੀ ਵਾਰੀ ਮਤਾ ਪਿਆ ਪੰਜਾਬ ਵਿਧਾਨ ਸਭਾ ਦੇ ਵਿੱਚ, ਅਸੀਂ ਉਹ ਬਹੁਤ ਪੇਸ਼ ਕਰ ਚੁੱਕੇ ਸੀ ਉਹਨਾਂ ਨੂੰ। ਸਮਾਂ ਨਿਕਲਦਾ ਗਿਆ, ਕਈ ਵਾਰੀ ਗੌਰਮੈਂਟਾਂ ਦੇ ਆਪਣੇ ਆਪਣੇ ਸਾਧਨ ਹੁੰਦੇ ਕਦੋਂ ਇਹਨੂੰ ਇੰਪਲੀਮੈਂਟ ਕਰਨਾ। ਸਾਡੀ ਖੁਸ਼ੀ ਦੀ ਇਹ ਗੱਲ ਹੈ ਵੀ ਜਦੋਂ ਇਹ ਕੋਰੀਡੋਰ ਖੋਲ੍ਹਿਆ, ਜਿਹਨਾਂ ਬੰਦਿਆਂ ਨੇ ਇਹਨੂੰ ਫੁੱਲ ਮਤਲਬ ਪਾਵਰ 'ਚ ਲਿਆਂਦਾ ਸੀ, ਉਹ ਉਸ ਟਾਈਮ 'ਤੇ ਜੀਂਦੇ ਸੀ ਜੋਨ ਮਕਡੋਨ ਨੂੰ। ਉਸ ਤੋਂ 3 ਮਹੀਨੇ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ ਉਹਨਾਂ ਦੀ। ਅਨਫਾਰਚੁਨੇਟਲੀ ਸਰਦਾਰ ਸਿੰਦਰ ਸਿੰਘ ਹੁਣੇ ਵੀ ਜਿਹੜੇ ਆ ਉਹ ਪਿਛਲੇ ਮਹੀਨੇ ਚੜ੍ਹਾਈ ਕਰ ਗਏ ਆ। ਬਹੁਤ ਸਾਰੇ ਲੋਕਾਂ ਦੇ ਵੱਡੇ ਰੋਲ ਆ ਉਹਨਾਂ ਨੂੰ, ਪਰ ਕਈ ਵਾਰੀ ਮਾਫ਼ ਕਰਨਾ, ਇਹ ਅਕਲ ਦੇ ਅੰਨੇ ਲੋਕ ਜਿਹੜੇ ਆ ਉਹਨਾਂ ਨੂੰ ਪਛਾਣਦੇ ਨੇ। ਕੋਪਲੇ ਜੀ ਕੋਲ ਲੋਕਾਂ ਦੀ ਆਪਣੀ ਗੇਮ ਹੁੰਦੀ ਆ, ਨਾ ਤਾਂ ਇੱਕ ਦਿਨ ਦੀ ਪਾ ਕੇ ਜੱਫੀ, ਨਾ ਇਹ ਰਾਹ ਖੁੱਲ੍ਹਿਆ। ਬੜੇ ਬੜੇ ਲੋਕਾਂ ਨੇ ਦਾਅਵੇ ਕੀਤੇ ਵੀ ਇਸ ਤਰੀਕੇ ਨਾਲ ਹੋ ਗਿਆ, ਨਹੀਂ ਇਹ ਇੱਕ ਇੰਨੇ ਚਿਰ 'ਚ ਜਿੰਨੇ ਚਿਰ 'ਚ ਉਹਨੇ ਰਸਤਾ ਬਣਾਉਣ ਦੀ ਗੱਲ ਕੀਤੀ ਨੇ, ਤਾਂ ਮੁਗਲਾਂ ਵਾਲਾ ਤੈਨੂੰ ਮੁਗਲਾਂ ਨੂੰ ਵੀ ਮਾਰ ਕੇ ਦਿੰਦਾ। ਅੱਜ ਤੱਕ 500 ਤੋਂ ਉੱਪਰ ਜਿਹੜਾ ਅਸੀਂ ਕੈਂਪ ਅੱਖਾਂ ਦਾ ਲਾ ਚੁੱਕੇ ਹਾਂ, 3 ਲੱਖ ਤੋਂ ਉੱਪਰ ਆਈ ਡਰੋਪ ਦੇ ਚੁੱਕੇ ਹਨ, 1.5 ਲੱਖ ਦੇ ਉੱਪਰ ਤਕਰੀਬਨ ਜਿਹੜੀ ਨਜ਼ਰ ਦੀਆਂ ਇਨਕਾਂ ਦੇ ਚੁੱਕੇ ਹਨ, 30,000 ਤੋਂ ਉੱਪਰ ਅਸੀਂ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਦੇ ਕਰਵਾ ਚੁੱਕੇ ਹਾਂ। ਸੋਲਰ ਸਿਸਟਮ ਵੀ ਜਦੋਂ ਸ਼ੁਰੂ ਕੀਤਾ ਸੀ, ਪਹਿਲਾਂ ਕਹਿੰਦੇ ਸੀ ਵੀ 1 ਮੈਗਾਵਾਟ ਚਾਹੀਦਾ,
ਹੁਣ 1.2 ਮੈਗਾਵਾਟ ਹੋ ਗਿਆ। ਬੀੜ ਬਾਬਾ ਬੁੱਢਾ ਜੀ ਦਾ 100% ਕਲੀਅਰ ਹੋ ਗਿਆ। ਦਰਬਾਰ ਸਾਹਿਬ ਦਾ ਹਲੇ ਚੌਥਾ ਹਿੱਸਾ ਕਲੀਅਰ ਹੋਇਆ, 3 ਮੈਗਾਵਾਟ ਹੋ ਚਾਹੀਦਾ। ਪਰ ਜਦੋਂ ਸਾਡੀ ਜਿੰਨੀ ਹਿੰਮਤ ਸੀ ਅਸੀਂ ਉਹਨੇ ਕਰ ਚੁੱਕੇ ਹਾਂ। ਜੇ ਵਾਹਿਗੁਰੂ ਫਿਰ ਕੋਈ ਹਿੰਮਤ ਵੀ ਕੀਤੀ ਤਾਂ 3 ਮੈਗਾਵਾਟ ਵੀ ਅਸੀਂ ਪੂਰਾ ਕਰਾਂਗੇ। ਹੁਣ ਅਸੀਂ ਆਪਣੇ ਪਿੰਡ ਦੇ ਛੋਟਾ ਜਿਹਾ ਵਾਪਸੀ ਬਣਾ ਰਹੇ ਹਾਂ। ਇਸ ਮਹੀਨੇ ਦਾ ਨੀਂਹ ਪੱਥਰ ਰੱਖਾਂਗੇ। ਇਹ ਸਾਰਾ ਸਹਿਯੋਗ ਜਿਹੜਾ ਹੈ ਵਿੱਕੀ ਸਿੰਘ ਹੁਣੀ ਦੇ ਰਹੇ ਹੈ, ਮੇਰੇ ਟੀਚਰ ਇੱਥੇ ਸਰਦਾਰ ਰਣਜੀਤ ਸਿੰਘ ਹੁਣੀ ਬੈਠੇ ਆ ਜਿਹੜੇ ਸਾਰਾ ਇੱਥੋਂ ਕੰਮ ਦੇਖਦੇ ਆ। ਮੈਂ ਇਹਨਾਂ ਦਾ ਸਭ ਤੋਂ ਨਾਲ ਐਕਸਪੀਰੀਅੰਸ ਸੀ, ਪਰ ਅੱਜ ਯੋਗ ਸ਼ਿਚਿਆ ਰੱਬ ਦੀ ਇਹਨਾਂ ਦੀ ਬਦੌਲਤ ਆ। ਇੱਕ ਜਿਹੜਾ ਅਗਲਾ ਕੰਮ ਕਰਨ ਹੀ ਜਾ ਰਹੇ ਹਾਂ, ਸ਼ਾਇਦ ਇਹ ਸਾਡੇ ਸਾਰੇ ਪੰਜਾਬੀਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ। ਇਸ ਵੇਲੇ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਵਲ ਸਰਵਿਸ ਜਿਹੜੇ ਆ 60% ਤੋਂ ਉੱਪਰ ਬਿਹਾਰ ਤੋਂ ਆ ਰਹੇ ਆ। ਸਾਡੇ ਬੱਚੇ ਇਸ ਪਾਸੇ ਨੂੰ ਜਾ ਨਹੀਂ ਰਹੇ। ਅਸੀਂ ਆਉਣ ਵਾਲੇ 2-14 ਸਾਲਾਂ 'ਚ ਇਹ ਜਿਹੜੀ ਭਾਜੀ ਮੋੜ ਦੇਵਾਂਗੇ ਉਹਨਾਂ ਨੂੰ। ਹਰ ਪਿੰਡ 'ਚੋਂ ਚੰਗੇ IQ ਵਾਲੇ ਬੱਚੇ ਚੱਕ ਕੇ ਅਸੀਂ ਉਹਨਾਂ ਨੂੰ ਸੈਂਟਰ 'ਚ ਭੇਜਾਂਗੇ, ਤਾਂ ਜੋ ਸਾਡੇ ਪੰਜਾਬ ਦਾ ਬਣਦਾ ਸਰਦਾ ਹੱਕ ਇਹ ਆਪਣੀ ਗੌਰਮੈਂਟ 'ਚ ਜਾ ਕੇ ਰੱਖ ਸਕਣ। ਕਿੰਨੀ ਛੇਤੀ ਹੋ ਸਕਦਾ, ਪਰ ਅੱਜ ਤੱਕ ਵਾਹਿਗੁਰੂ ਨੇ ਕਦੇ ਕੋਈ ਗੱਲ ਮੋੜੀ ਨਹੀਂ। ਸ਼ਾਇਦ ਇਹ ਵੀ ਰਿਜ਼ਲਟ 2-3 ਸਾਲ 'ਚ ਆਉਣ ਲੱਗ ਪਏ। ਧੰਨਵਾਦ ਜੀ। Community, giving back to your own people, empowering them to occupy the highest powers, the highest echelons of power, and doing something through education, through charity, through eye camps, through hospitals, new hospitals, which otherwise, you know, sade mulk de vich dekhya gaya ke even akh da ik operation karwana bhi ik gareeb waste kitna mushkil hai. What to talk of ਮੈਡੀਕਲ ਸਿਕਿਉਰਿਟੀ, ਔਰ ਕੁਛ ਪਿੰਡਾਂ ਦੇ ਵਿੱਚ ਤਾਂ ਵਿਚਾਰਿਆਂ ਦੇ ਅੱਖਾਂ ਦੇ ਆ ਮੋਤੀਆ ਜਾਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਇੱਕ ਉਹ ਗੁਰਬਾਣੀ 'ਚ ਵੀ ਹੈ, ਲੇਖਾ ਛੋਟ ਅਨੇਖੇ ਛੂਟੇ, ਮਤਲਬ ਕਿ ਕੋਈ ਹਿਸਾਬ ਹੀ ਨਹੀਂ ਤੁਸੀਂ, ਉਹ ਕਹਿੰਦੇ ਕਿੱਥੋਂ ਆ ਰਿਹਾ, ਕਿੱਥੋਂ ਰੱਬ ਦੇ ਰਿਹਾ, ਕਿੱਥੇ ਤੁਸੀਂ ਖਰਚ ਰਹੇ ਹੋ। ਇਹ ਸਾਡੇ ਕੌਮ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ। ਔਰ ਆਪਣਾ ਰਿਸ਼ਪਾਲ ਜੀ, ਮੈਂ ਬਹੁਤ ਹੀ ਤਹਿ ਦਿਲੋਂ, ਮਤਲਬ ਕਿ ਇਸ ਚੀਜ਼ ਦਾ ਸ਼ਾਇਦ ਅਲਫਾਜ਼ ਨਹੀਂ ਹੈ ਕਿ ਇਸ ਚੀਜ਼ ਨੂੰ ਇਸ ਪਲੈਟਫਾਰਮ 'ਤੇ ਆ ਕੇ ਦੱਸਿਆ ਜਾਏ ਔਰ ਲੋਕਾਂ ਨੂੰ ਪਤਾ ਲੱਗੇ ਸਾਡੀ ਕਮਿਊਨਿਟੀ ਨੂੰ ਕਿ ਕਿੰਨਾ ਵਧੀਆ ਕੰਮ ਹੋ ਰਿਹਾ ਹੈ। ਦੂਜੇ ਸੱਜਣ ਸਾਡੇ ਬਹੁਤ ਹੀ ਮਾਨਯੋਗ ਸਰਦਾਰ ਬਹਾਦਰ ਸਿੰਘ ਜੀ, ਉਹ ਵੀ ਬਹੁਤ ਆਪਣਾ ਯੋਗਦਾਨ ਸੰਭਾਲ ਰਹੇ ਨੇ ਰੂਰਲ ਏਰੀਆ ਡਿਵੈਲਪਮੈਂਟ। ਜਿਸ ਮਿੱਟੀ, ਉਹਨਾਂ ਨੇ ਕਿਹਾ ਜੀ ਕਿ ਮਿੱਟੀ ਦੀ ਖੁਸ਼ਬੂ, ਉਹ ਭਾਵੇਂ ਕੈਰਨ ਜੀ ਦਾ ਸਵੇਰੇ ਇੱਕ ਬੜਾ ਕੁਸ਼ਚਨ ਸੀਗਾ, ਬੜਾ ਓਕੇ ਵੀ ਤੁਸੀਂ ਪੰਜਾਬ ਤੁਹਾਨੂੰ ਚੰਗਾ ਲੱਗਦਾ ਕਿ ਕੈਨੇਡਾ ਤੁਹਾਨੂੰ ਚੰਗਾ ਲੱਗਦਾ। ਐਂਡ ਸ਼ੀ ਰਿਪਲਾਈਡ ਇਨ ਅ ਵੈਰੀ ਵੈਰੀ ਯੂ ਨੋ ਨਾਈਸ ਮੈਨਰ ਬਾਈ ਸੇਇੰਗ ਕਿ ਮੇਰੀ ਇੱਥੋਂ ਦੀ ਮਿੱਟੀ ਦੀ ਜਿਹੜੀ ਖਿੱਚ ਹੈ ਉਹ ਮੈਨੂੰ ਪੰਜਾਬ 'ਚ ਲੈ ਆਉਂਦੀ ਹੈ, ਪਰ ਠੀਕ ਹੈ ਮੈਂ ਕੈਨੇਡਾ ਆਪਣੀ ਲਾਈਫ ਜੀ ਰਹੀ ਹਾਂ। ਔਰ ਉਹ ਮਿੱਟੀ ਦੀ ਖਿੱਚ, ਮਿੱਟੀ ਦਾ ਪਿਆਰ, ਮਾਂ ਦੀ ਜਿਹੜੀ ਧਰਤੀ ਹੈ,
ਉਹਦੇ ਵਿੱਚ ਰੂਰਲ ਡਿਵੈਲਪਮੈਂਟ ਜਿੱਥੇ ਗ੍ਰੀਨ ਰੈਵੋਲਿਊਸ਼ਨ ਹੋਇਆ, ਜਿੱਥੇ ਯੂ ਨੋ ਸਭ ਕੁਝ ਸਾਨੂੰ ਇੱਕ ਫੂਡ ਬਾਊਲ ਬਾਊਲ ਬਣਿਆ, ਅਤੇ ਯੂਪੀ ਦੇ ਏਰੀਆ ਦੇ ਵਿੱਚ ਜੀ ਰੂਰਲ ਡਿਵੈਲਪਮੈਂਟ ਪ੍ਰੋਜੈਕਟਸ ਲਗਾਏ ਨੇ, ਲੱਖਾਂ ਦੀ ਤਾਦਾਦ 'ਚ ਲੋਕਾਂ ਨੂੰ ਐਮਪਾਵਰ ਕਰ ਰਹੇ ਨੇ। ਮੈਡੀਕਲ ਐਜੂਕੇਸ਼ਨ ਹਿੰਦੁਸਤਾਨ ਦੇ ਵਿੱਚ ਅਸੀਂ ਪਿਛਲੇ 2 ਸਾਲ ਪਹਿਲਾਂ ਦੇਖ ਲਿਆ ਸੀ ਹਾਲ ਕਿ ਕਿੰਨੀ ਇਨਐਡੀਕੁਏਟ ਫੈਸਿਲਿਟੀਜ਼ ਹੈਗੀਆਂ ਨੇ ਮੈਡੀਕਲ ਦੇ ਵਿੱਚ, ਆਕਸੀਜਨ ਦੇ ਲੰਗਰ ਲੱਗੇ, ਹੋਸਪਿਟਲਸ ਦੇ ਵਿੱਚ ਬੈੱਡ ਨਹੀਂ ਸੀ, ਅਤੇ ਇਹਨਾਂ ਨੇ ਮਲਟੀ ਸਪੈਸ਼ਲਿਟੀ ਹੋਸਪਿਟਲ ਤਿਆਰ ਕਰਤਾ ਜੀ। ਔਰ ਫਿਰ ਇੱਕ ਮਤਲਬ ਕਿ ਰੂਰਲ ਡਿਵੈਲਪਮੈਂਟ ਐਂਡ ਹੋਸਪਿਟਲਸ ਐਂਡ ਮੈਡੀਕਲ ਐਜੂਕੇਸ਼ਨ ਵਿੱਚ ਬੱਚਿਆਂ ਨੂੰ ਇਨਕਰੇਜ ਕਰਕੇ ਖੜਾ ਕਰਨਾ। ਸਰ, ਇਹ ਤੁਹਾਡਾ ਇਹ ਸਮਾਜ ਵਿੱਚ ਔਰ ਖਾਸ ਕਰਕੇ ਤੁਹਾਡੇ ਆਪਣੇ ਲੋਕਾਂ ਨੂੰ ਦੇਣ ਦੀ ਇਹ ਤੁਹਾਨੂੰ ਕਿੱਥੋਂ ਇੰਸਪੀਰੇਸ਼ਨ, ਮੋਟੀਵੇਸ਼ਨ ਔਰ ਕੀ ਇਹੋ ਜਿਹੀ ਸੋਚ ਸੀ ਜਿਹੜੀ ਕਿ ਗਿਵਿੰਗ ਬੈਕ ਟੂ ਦ ਕਮਿਊਨਿਟੀ ਮੇਡ ਫੋਕਸ, ਤੁਸੀਂ ਇਹਦਾ ਏਜੰਡਾ ਜ਼ਿੰਦਗੀ ਦਾ ਬਣਾ ਲਿਆ ਔਰ ਸਭ ਕੁਛ ਦੇਣ ਦੇ ਵਿੱਚ ਲਗਾ ਰਹੇ? ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰ ਭੈਣ ਭਰਾ ਬੱਚੇ ਆਏ ਹੋਏ ਨੇ, ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਛੋਟੀ ਜਿਹੀ ਕਹਾਣੀ ਆਪ ਜੀ ਨੂੰ ਸਾਹਿਬ ਜੀ ਨੇ ਸਾਂਝੀ ਕਰਦਾ ਹੈ। ਜਿੱਦਾਂ ਮੈਂ ਕਾਫ਼ੀ ਛੋਟਾ ਇੱਕ ਬੋਲਿਆ ਸੀ ਕਿ ਮੈਂ ਜੰਪਲ ਫਗਵਾੜੇ ਦਾ ਰੇਸ, ਮੇਰਾ ਪਰਵਰਿਸ਼ ਹੋਈ ਯੂਪੀ ਦੇ ਵਿੱਚ, ਪਿਤਾ ਜੀ ਯੂਪੀ 'ਚ ਪੰਜਾਬ ਵਸੇ, ਥੋੜ੍ਹਾ ਜਿਹਾ ਵੱਡਾ ਹੋਇਆ, ਵਿਆਹ ਹੋਇਆ, ਅਮੈਰੀਕਾ ਭੇਜਤਾ ਗਿਆ, ਜਿੱਦਾਂ ਆਪਾਂ ਸਾਰੇ ਕਰ ਹੀ ਰਹੇ। ਸੋ ਮਹਾਰਾਜ ਨੇ ਬੜੀ ਕਿਰਪਾ ਉੱਥੇ ਕੋਸ਼ਿਸ਼ ਕੀਤੀ, ਸਮੇਂ ਸਮੇਂ ਦੇ ਨਾਲ ਕੰਮ ਕਾਰ ਕਰਦਿਆਂ ਕਰਦਿਆਂ 2005 ਦੇ ਵਿੱਚ ਇੱਕ ਸਥਾਨ ਗੁਰਦੁਆਰਾ ਸਾਹਿਬ ਦਾ ਜੀ ਸਾਨੂੰ ਸੇਵਾ ਵਿੱਚ ਮਿਲਿਆ ਕਿ ਸੇਵਾ ਸ਼ੁਰੂ ਕਰਨੀ। ਉਹਦੇ ਨਾਲ ਨਾਲ ਇੱਕ ਕਲੀਨਿਕ ਵੀ ਬਣਾਇਆ ਗਿਆ ਜੋ ਕਿ ਓਪਨ ਟੂ ਪਬਲਿਕ, ਜਿੱਥੇ 10-12 ਸਾਲ ਅਸੀਂ ਸੇਵਾ ਜਿਹੜੀ ਹੈਗੀ ਉਹ ਨਿਭਾਈ। ਉੱਥੇ ਜਿਹਨਾਂ ਕੋਲ ਇੰਸ਼ੋਰੈਂਸ ਨਹੀਂ ਹੈ ਫਿਰ ਉਹ ਲੋਕ ਵੀ ਆ ਕਰਕੇ ਉੱਥੇ ਦਵਾਈ ਜਿਹੜੀ ਹੈ ਕਿ ਲੈ ਸਕਦੇ ਸੀ। ਅਸੀਂ ਵਾਲੰਟੀਅਰ ਡਾਕਟਰ ਸਾਡੇ ਕੋਲ ਸੀਗੇ ਔਰ ਅੱਜ ਵੀ ਨੇ। 2005-2010 ਦੇ ਵਿੱਚ ਪਿਤਾ ਜੀ ਮਾਤਾ ਜੀ ਵੀ ਅਮੈਰੀਕਾ ਚਲੇ ਗਏ। ਮੈਂ ਪਿਤਾ ਜੀ ਨੂੰ ਕਿਹਾ, ਮੈਂ ਕਿਹਾ ਜਿੰਨੀ ਜ਼ਮੀਨ ਹੈ ਔਰ ਦੁਕਾਨਾਂ ਪਈਆਂ ਸੀ, ਮੈਂ ਕਿਹਾ ਸਾਰੀਆਂ ਯੂਪੀ ਭੇਜ ਦਿਓ, ਆਪਾਂ ਤੁਸੀਂ ਨਹੀਂ ਜਾਣਾ ਮੈਂ ਵੀ ਨਹੀਂ ਜਾਣਾ। ਪਿਤਾ ਜੀ ਕਹਿੰਦੇ ਚਲੋ ਕੋਈ ਨਹੀਂ ਦੇਖਦੇ ਹਾਂ ਆਪਾਂ। ਉਸ ਤੋਂ ਬਾਅਦ ਵਾਪਸ 2012 ਦੇ ਵਿੱਚ ਆ ਕੇ ਮੈਂ ਜੋ ਦੇਖਿਆ ਆਪਣਾ ਇਲਾਕਾ ਸਾਰਾ ਬੜੀ ਲੋੜ ਸੀ ਉਹਦੇ ਵਿੱਚ, ਲੋਕ ਮੈਡੀਕਲ ਦੀ ਸੁਵਿਧਾਵਾਂ ਜਿਹੜੀਆਂ ਸੀ ਬਿਲਕੁਲ ਨਹੀਂ ਸੀਗੀਆਂ। ਸੋ ਉਹ ਭਾਈ ਸਾਹਿਬ ਭਾਈ ਚਿੰਸਾ ਜੀ ਉਹਨਾਂ ਦਾ ਸਾਡੇ ਫਰੈਂਡ ਸਰਕਲ ਦੇ ਵਿੱਚ ਇੱਕ ਫਰੈਂਡਸ ਨੇ, ਉਹਨਾਂ ਨੇ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ। ਪਹਿਲਾ ਕੈਂਪ ਜੋ ਹੈ ਅਸੀਂ ਉੱਥੇ ਲਗਾਇਆ ਯੂਪੀ ਦੇ ਵਿੱਚ, ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਬਹੁਤ ਲੋਕ ਉੱਥੇ ਆਏ, ਭਾਜੀ ਵੀ ਹਾਜ਼ਰ ਸਨ ਉੱਥੇ। ਸੋ ਸਾਨੂੰ ਉੱਥੋਂ ਇਹ ਨਜ਼ਰ ਆਇਆ ਕਿ ਇਹਦੇ ਵਿੱਚ ਖਾਲੀ ਅੱਖਾਂ ਦੇ ਕੈਂਪ ਨਹੀਂ, ਅੱਖਾਂ ਦੀ ਬਿਮਾਰੀਆਂ ਦੇ ਇਲਾਵਾ ਹੋਰ ਬੜੀਆਂ ਬਿਮਾਰੀਆਂ ਜਿਹੜੀਆਂ ਲੋਕ ਇੱਥੇ ਰੋਜ਼ ਮਰ ਰਹੇ ਨੇ। ਸੋ ਅਸੀਂ ਉੱਦਣ ਹੀ ਭਾਜੀ ਉਹਨਾਂ ਨਾਲ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਇੱਥੇ ਇੱਕ ਹੋਸਪਿਟਲ ਜਿਹੜਾ ਹੈਗਾ ਹੈ ਛੋਟਾ ਬਣਾਤਾ ਜਾਵੇ। ਹੋਸਪਿਟਲ ਬਣਾਇਆ, ਨੈਕਸਟ ਈਅਰ ਅਸੀਂ ਆਈ ਸਰਜਿਸ ਵੀ ਆਪਣੀ ਉਸ ਹੋਸਪਿਟਲ 'ਚ ਕੀਤੀਆਂ, ਉਸਨੂੰ ਵੱਡਾ ਕੀਤਾ ਗਿਆ। 2014 ਵਿੱਚ ਹੋਸਪਿਟਲ ਦੀ ਸ਼ੇਪ ਦਿੱਤੀ ਗਈ, ਉਹ ਅਸੀਂ ਬੜੇ ਅਮੈਰੀਕਾ ਸਟੈਂਡਰਡ ਦੇ ਨਾਲ ਹਿਸਾਬ ਦੇ ਨਾਲ ਉਹਨੂੰ ਜੀ ਬਣਾਇਆ ਸਾਰੀਆਂ ਇੱਕ ਛੱਤ ਥੱਲੇ ਜਿਹੜੀਆਂ ਸੇਵਾਵਾਂ ਜਿਹੜੀਆਂ ਅਸੀਂ ਦੇ ਰਹੇ। ਉਹਦੇ ਨਾਲ ਨਾਲ ਵੀ ਲੱਗਿਆ ਸਾਨੂੰ ਵੀ ਐਜੂਕੇਸ਼ਨ ਦੇ ਵਿੱਚ ਬੜਾ ਉਹ ਇਲਾਕਾ ਸਾਡਾ ਜੀ 200 ਕਿਲੋਮੀਟਰ ਦਾ ਏਰੀਆ, ਉਹ ਬੜਾ ਪਿਛੜਿਆ ਹੋਇਆ ਇਲਾਕਾ, ਉੱਥੇ ਮੈਡੀਕਲ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਹੈ ਨਹੀਂ। ਤਾਂ ਉਹਦੇ ਵਿੱਚ ਅਸੀਂ ਕਾਲਜ ਬਣਾਇਆ,
ਨਰਸਿੰਗ ਕਾਲਜ, ਫਾਰਮੇਸੀ ਕਾਲਜ ਵਿੱਚ ਸਾਰਾ ਅੱਜ ਕੱਲ੍ਹ ਜਿਹੜਾ ਹੈਗਾ ਜੀ, ਆਪ ਜੀ ਕੋਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਪੜ੍ਹ ਰਹੇ ਨੇ। ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਆ ਜਿਹੜੇ ਲੋਕ ਨੇ ਉੱਥੇ ਆ ਕਰਕੇ ਆਪਣੀ ਮੈਡੀਕਲ ਫੈਸਿਲਿਟੀ ਸੇਵਾਵਾਂ ਜਿਹੜੀਆਂ ਲੈ ਰਹੇ ਨੇ। ਸੋ ਉਹ ਸੇਵਾਵਾਂ ਸਾਰੀਆਂ ਜਿਹੜੀਆਂ ਚੱਲ ਰਹੀਆਂ ਜੀ, ਉਹ ਸੇਵਾ ਕਰਕੇ ਇੰਨਾ ਮਨ ਨੂੰ ਖੁਸ਼ੀ ਹੁੰਦੀ ਹੈ ਜੋ ਆਪਣਾ ਲੋਕ ਕਦੀ ਇੱਦਾਂ ਦੇ ਲੋਕ ਵੀ ਉੱਥੇ ਆਉਂਦੇ ਨੇ ਜਿਹੜੇ ਕਹਿੰਦੇ ਸਾਨੂੰ 10-10 ਸਾਲ ਹੋ ਗਏ ਅਸੀਂ ਆਪਣੀ ਦਰਦ ਦੇ ਨਾਲ ਲੜ ਰਹੇ ਸੀਗੇ, ਅਸੀਂ ਇਲਾਜ ਨਹੀਂ ਕਰਵਾ ਪਾਇਆ। ਉਹ ਸਰਜਰੀਆਂ ਉੱਥੇ ਆ ਕਰਕੇ ਜਿਹੜੀ ਹੈਗੀਆਂ ਫਰੀ ਆਫ ਸਰਵਿਸ ਜਿਹੜੀਆਂ ਹੈਗੀਆਂ ਸੇਵਾਵਾਂ ਲੈ ਰਹੇ ਨੇ। ਸੋ ਉਹ ਦੇਖ ਕੇ ਬੜਾ ਮਨ ਨੂੰ ਸਕੂਨ ਹੁੰਦਾ ਕਿ ਜਿਹੜੀ ਮਾਇਆ ਜਿਹੜੀ ਹੈਗੀ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਉਸ ਇਹ ਸੇਵਾ ਵਿੱਚ ਜਿਹੜੇ ਹੈਗੇ ਆ ਲਾ ਕਰਕੇ ਆਪਾਂ ਆਪਣਾ ਜੀਵਨ ਸਫਲ ਕਰ ਰਹੇ। ਵੀਰ ਜੀ, ਉਹ ਕਮਾਲ ਦਾ ਕੰਮ ਹੋ ਰਿਹਾ, ਸੇਵਾ ਕਰਨੀ ਸਮਾਜ ਦੀ ਔਰ ਗਰੀਬਾਂ ਦੀ ਔਰ ਇਹੋ ਜਿਹੇ ਏਰੀਆ 'ਚ ਬਹੁਤ ਕੁਛ ਕਰਨ ਦਾ। ਤੁਹਾਨੂੰ ਬਹੁਤ ਬਹੁਤ ਰੱਬ ਬਖਸ਼ਿਸ਼ ਕਰੇ ਔਰ ਤੁਹਾਨੂੰ ਮਿਹਰ ਕਰੇ ਇਸ ਚੀਜ਼ 'ਤੇ। ਦਿਲਜੋਤ, ਕਮਿੰਗ ਟੂ ਯੂ, ਯੂ ਆਰ, ਆਈ ਵਾਜ਼ ਹੇਅਰਿੰਗ ਯੂ ਇਨ ਦਾ ਮੋਰਨਿੰਗ ਐਂਡ ਯੂ ਆਰ ਸੱਚ ਅ ਬ੍ਰਾਈਟ ਯੰਗ representative of the Sikh community, and we are so proud of you, Radha. You are an icon of brilliance, I would call, icon of success, having pursued your passion into something that took you across the globe, you know, and not only being an academic not being only academic excellence the example hi nahi ho tusi jehde gold medalist, two gold medals she has won here in Punjab University and has excelled in acting. How do you feel that such messages or such noble causes like philanthropy, charity, empowering the community as such, or taadi ik ਦਿਲ ਦੀ ਖਿੱਚ, ਰਿਸ਼ਪਾਲ ਜੀ ਦੀ, ਬਹਾਦਰ ਸਿੰਘ ਜੀ ਦੀ ਇੱਕ ਦਰਦ ਜਿਹੜਾ ਹੈ, ਜਿਹੜਾ ਦੇਣ ਦਾ ਆਪਣੇ ਰਿਸੋਰਸਿਸ 'ਚ ਦੇਣ ਦੀ ਇੱਕ ਭਾਵਨਾ ਹੈ, ਹਾਊ ਡਜ਼ ਦਿਸ ਮੈਸੇਜ ਗੋ ਅਕਰੋਸ ਥਰੂ ਮੀਡੀਆ, ਥਰੂ ਸੱਚ ਟਾਈਮਸ, ਥਰੂ ਸੱਚ ਪਾਵਰਫੁਲ ਸੈਸ਼ਨਸ ਟੂਡੇ, ਔਰ ਇਹ ਕਿਵੇਂ, ਹਾਊ ਕੈਨ ਵੀ ਮਲਟੀਪਲਾਈ ਦਿਸ ਥੋਟ ਪ੍ਰੋਸੈਸ ਵਿਦ ਅਦਰਸ? Your take on this, please. Thank you so much. Menu lagda it has an incredible impact all around the world, amongst all age groups, all genders. Bahut zyada impact hunda hai. Coming to me, when I did my graduation in psychology honors, then there came a time jadon main masters de subjects choose karne se, and because I had taught in the university, and then my professors said, in fact rather, ਉਹਨਾਂ ਨੇ ਹਰ ਲਿਸਟ ਵਿੱਚ ਮੇਰਾ ਨਾਮ ਪਾਲਿਆ ਸੀ ਇਨ ਦਾ ਯੂਨੀਵਰਸਿਟੀ, ਵੈਦਰ ਇਨ ਸਾਈਕੋਲੋਜੀ, ਜਰਨਲਿਜ਼ਮ, ਆਲ ਦੀ ਗੁੱਡ ਸਬਜੈਕਟਸ ਐਜ ਦੇ ਟਰਮ ਇਨ ਐਪੋਸਟ੍ਰੋਫੀ। ਸੋ ਬਟ ਵੈਨ ਆਈ ਸੈਡ ਅ ਯੈਸ ਟੂ ਮਾਸਟਰਸ ਇਨ ਹਿਊਮਨ ਰਾਈਟਸ, ਐਵਰੀਬਡੀ ਹੈਡ ਅ ਕੁਐਸਚਨ ਮਾਰਕ, ਵਾਈ ਹਿਊਮਨ ਰਾਈਟਸ, ਸੱਚ ਅ ਬ੍ਰਾਈਟ ਗਰਲ, ਸੱਚ ਅ ਯੰਗ ਗਰਲ, ਵਾਈ ਡੂ ਯੂ ਵਾਂਟ ਟੂ ਡੂ ਹਿਊਮਨ ਰਾਈਟਸ? ਐਂਡ ਆਈ ਟੈਲ ਐਵਰੀਬਡੀ ਦੈਟ ਦੇਰ ਇਜ਼ ਨੋ ਏਜ ਟੂ ਸਰਵ ਦ ਸੋਸਾਇਟੀ, ਕੋਈ ਵੀ ਕਰ ਸਕਦਾ ਹੈ ਇਨ ਏਜ ਐਨੀ ਏਜ ਗਰੁੱਪ, ਇਟਸ ਦੀ ਇਨਰ ਡਰਾਈਵ ਦੈਟ ਪੁੱਲਸ ਯੂ, ਐਂਡ ਜਿਵੇਂ ਸਰ ਨੇ ਕਿਹਾ ਇਹ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਹਿੰਮਤ ਹੈ, ਐਂਡ ਇਟ ਇਜ਼ ਐਨ ਇਨਰ ਡਰਾਈਵ, ਐਂਡ ਪਲੱਸ ਯੂ ਨੀਡ ਟੂ ਹੈਵ ਐਮਪਥੀ, ਯੂ ਸੀ ਸੰਬਰੀ ਹੂ ਨੀਡਸ ਯੋਰ ਸਪੋਰਟ, ਹੂ ਨੀਡਸ ਯੋਰ ਹੈਲਪ, ਐਂਡ ਯੂ ਫੀਲ ਐਮਪਥੀ, ਤੁਹਾਨੂੰ ਲੱਗਦਾ ਹੈ ਕਿ ਓਕੇ ਇਫ ਆਈ ਐਮ ਇਨ ਹਿਜ਼ ਔਰ ਹਰ ਸ਼ੂਜ਼,
ਤਾਂ ਅਗਰ ਮੇਰੇ ਕੋਲ ਕੋਈ ਐਸਾ ਆਉਂਦਾ ਹੈ ਅ ਬਲੈਸਡ ਵਨ ਹੂ ਇਜ਼ ਰੈਡੀ ਟੂ ਸ਼ੇਅਰ ਦੇਅਰ ਬਲੈਸਿੰਗਸ ਵਿਦ ਅਸ ਵਟ ਦ ਸਿਚੁਏਸ਼ਨ ਵੁੱਡ ਬੀ ਐਂਡ ਦੈਨ ਆਈ ਫੋਰਮਡ ਮਾਈ ਓਨ ਫਾਊਂਡੇਸ਼ਨ ਡ੍ਰੀਮਬਰਡਸ ਫਾਊਂਡੇਸ਼ਨ ਸਟਿਲ ਇਨ ਟੂਡੇਜ਼ ਵਰਲਡ ਐਜ਼ ਐਨ ਆਰਟਿਸਟ ਲੋਟ ਆਫ ਨੋਨ ਪ੍ਰੋਫਿਟਸ ਲੋਟ ਆਫ ਅਦਰ ਜਿਹੜੇ ਫਿਲਾਂਥਰੋਪਿਕ ਇੰਡੈਵਰਸ ਹੁੰਦੇ ਨੇ ਦੇ ਡੂ ਇਨਵਾਈਟ ਮੀ ਐਜ਼ ਅ ਸੈਲੀਬ੍ਰਿਟੀ ਫੇਸ ਐਜ਼ ਅ ਪਬਲਿਕ ਫਿਗਰ ਟੂ ਸਪੋਰਟ ਦੇਅਰ ਕੋਜ਼ਿਸ ਐਂਡ ਆਈ ਡੂ ਗੋ ਹੋਲ ਹਾਰਟਡਲੀ ਬਿਕੋਜ਼ ਸਾਡਾ ਸਾਰਿਆਂ ਦਾ ਗੋਲ ਹੈ ਟੂ ਸਰਵ ਦ ਹਿਊਮੈਨਿਟੀ ਬਟ ਆਈ ਸਟਾਰਟਡ ਮਾਈ ਓਨ ਫਾਊਂਡੇਸ਼ਨ ਨੇਮਡ ਐਜ਼ ਡ੍ਰੀਮਬਰਡਸ ਫਾਊਂਡੇਸ਼ਨ ਇਟ ਇਜ਼ ਅ ਰਜਿਸਟਰਡ ਟਰੱਸਟ ਐਂਡ ਮੇਨ ਓਬਜੈਕਟਿਵ ਜਿਹੜਾ ਫਾਊਂਡੇਸ਼ਨ ਦਾ ਹੈ ਉਹ ਹੈ ਟੂ ਸਰਵ ਦ ਡ੍ਰੀਮਸ ਆਫ ਦੀ ਅੰਡਰ ਪ੍ਰਿਵਲੇਜਡ Dream buds mean the budding dreams of the underprivileged. Everybody who has dreams, who are talented, but they are underprivileged, they are needy, they don't have the resources, they don't have the platform, support of any kind, we are there to help. Because main artist, I creative, I know, and I travel across for my shoots and I've encountered and I've come across many needy people, adults we know, their children, bacche we know. ਜਿਹੜੇ ਬਹੁਤ ਟੈਲੈਂਟਡ ਨੇ ਬਟ ਉਹਨਾਂ ਨੂੰ ਸਪੋਰਟ ਨਹੀਂ ਹੈ ਟੂ ਪਰਸਿਊ ਦੇਅਰ ਡ੍ਰੀਮਸ ਦੋ ਟਾਈਮ ਦੀ ਰੋਟੀ ਨਹੀਂ ਜਿਹੜਾ ਵੀ ਇਨਸਾਨ ਅਫੋਰਡ ਕਰ ਸਕਦਾ ਉਹ ਆਪਣੇ ਡ੍ਰੀਮਸ ਕਿਵੇਂ ਪਰਸਿਊ ਕਰੇਗਾ ਔਰ ਉਹ ਸੋਚੇਗਾ ਹੀ ਨਹੀਂ ਡ੍ਰੀਮਸ ਪਰਸਿਊ ਕਰਨ ਲਈ ਸੋ ਐਜ਼ ਅ ਕ੍ਰੀਏਟਿਵ ਯੂ ਕੈਨ ਫੀਲ ਦੈਟ ਪੇਨ ਦੈਟ ਗਰੀਫ ਕਿ ਤੁਸੀਂ ਟੈਲੈਂਟਡ ਹੋ ਅਤੇ ਤੁਸੀਂ ਨਹੀਂ ਕਰ ਪਾ ਰਹੇ ਲਾਈਕ ਫਿਊ ਐਗਜ਼ਾਮਪਲਸ ਵੀ ਹੈਵ ਅੰਡਰਟੇਕਨ ਮੈਨੀ ਸੱਚ ਇਨੀਸ਼ੀਏਟਿਵਸ ਇਸ ਤੋਂ ਇਲਾਵਾ ਅਸੀਂ ਜਨਰਲ ਇਨੀਸ਼ੀਏਟਿਵਸ ਵੀ ਲੈਂਦੇ ਹਾਂ we karde hain like in covid-19 we have supported in many forms in different spheres they which assi help kiti hai but coming to the main objective of our foundation for example covid de vich there is a lady 33 years old and she became a widow during covid her husband died she has kids also 3 kids ਅਤੇ ਕੋਵਿਡ ਕਰਕੇ ਉਹਨਾਂ ਦੀ ਜਦੋਂ ਡੈਥ ਹੋ ਗਈ ਦ ਇੰਟਾਇਰ ਫੈਮਿਲੀ ਵਾਜ਼ ਇਕਨੋਮਿਕਲੀ ਡਿਪੈਂਡੈਂਟ ਔਨ ਦ ਮੈਨ ਐਂਡ ਉਸ ਤੋਂ ਬਾਅਦ ਦੇ ਵਰ ਆਲ ਔਨ ਦ ਰੋਡ ਨੋ ਫਾਈਨੈਂਸ਼ੀਅਲ ਰਿਸੋਰਸਿਸ ਨੋ ਸਪੋਰਟ ਇਮੋਸ਼ਨਲੀ ਸ਼ੈਟਰਡ ਐਂਡ ਦੈਨ ਸਾਡੀ ਫਾਊਂਡੇਸ਼ਨ ਜਦੋਂ ਵੀ ਕੋਈ ਇਨੀਸ਼ੀਏਟਿਵ ਕਰਦੀ ਹੈ ਵੀ ਆਲਵੇਜ਼ ਡੂ ਅ ਪਾਇਲਟ ਸਰਵੇ ਵੀ ਆਲਵੇਜ਼ ਗੋ ਟੂ ਦ ਨੀਡੀ ਐਂਡ ਵੀ ਗੋਜ ਉਹਨਾਂ ਨੂੰ ਵੀ ਅਸੀਂ ਪੁੱਛਦੇ ਹਾਂ ਕਿ ਜੀ ਤੁਹਾਨੂੰ ਹੈਲਪ ਅਸੀਂ ਕਰੀਏ ਵਟ ਡੂ ਯੂ ਨੀਡ rather than we assuming ki assi kuch bhi le ji unna li we always go and ask them understand them get closer to them we want to know more about them they assi unna de ghar pilot survey vich gaye and we got to know that lady wants to be a designer and she has the skills she does sewing or design karde kapde stitch karde ne but she doesn't have money to pursue that dream and plus inni zyada shattered situation de vich kuch bhi sochda nahi hai that's very human te assi ohna nu kya ki acha so what do you do kende ji when he was living so sade gwan de vich ik hegi a lady and I used to go there for few hours and main money dindi si rent karke main ohna de machine use karde si used to stitch clothes and earn money but now I don't even have that then we took her to the shop and we asked her okay which sewing machine do you prefer to use jehdi thonu easy lagdi hove jehdi convenient hai so we got her that sewing machine got her all the accessories now she is stitching clothes she is pursuing her dream economically independent and bacche bhi school ja rahe ne they are also pursuing their dream of education absolutely brilliant wonderful so powerful thank you Diljot it's an amazing journey that you have undertaken and I'm sure
God is going to bless you for empowering thank more you, people. Sir. Finally, I want to thank once again Rishpal ji da aur Bahadur Singh ji da ke baro aake aur shayad rab ne ਇਹਨਾਂ ਨੂੰ ਇੰਨੀਆਂ ਬਖਸ਼ਾਂ ਕੀਤੀਆਂ ਹੋਈਆਂ ਨੇ ਔਰ ਇੱਕ ਤਾਂ ਹੁੰਦਾ ਕਿ ਬੰਦੇ 'ਤੇ ਬਖਸ਼ਿਸ਼ ਹੁੰਦੀ ਹੈ, ਇੱਕ ਹੁੰਦੀ ਹੈ ਕਿ ਉਸ ਬਖਸ਼ਿਸ਼ ਤੋਂ ਬਾਅਦ ਇੱਕ ਸੋਚ ਦੇਣੀ ਕਿ ਅਸੀਂ ਕੁਛ ਦੁਨੀਆ ਵਾਸਤੇ ਕਰਨਾ ਹੈ, ਉਹ ਉਸ ਤੋਂ ਵੱਡੀ ਬਖਸ਼ਿਸ਼ ਹੈ। ਔਰ ਕਮਿੰਗ ਫਰੋਮ ਸਿੱਖਸ, ਯੂ ਨੋ, ਫੈਮਿਲੀ ਸਾਡੇ ਸਮਾਜ ਦੇ ਵਿੱਚ ਆ ਕੇ, ਆਈ ਐਮ ਸ਼ੋਰ ਪੀਪਲ ਲਾਈਕ ਰਿਸ਼ਪਾਲ ਜੀ, ਦਿਲਜੋਤ ਐਂਡ ਅਦਰਸ ਦੇ ਇਹਨਾਂ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ। And we feel so proud, immensely proud for them to be doing such work. And ਅਸੀਂ ਸਾਡੀ ਅਰਦਾਸ ਹੈ ਕਿ ਰੱਬ ਇਹਨਾਂ ਨੂੰ ਹੋਰ ਸ਼ਕਤੀ ਦੇ, ਹੋਰ ਹਿੰਮਤ ਦੇ ਕਿ ਇਹ ਆਪਣੀ ਖੁਸ਼ਬੂ ਫੈਲਾ ਸਕਣ। ਥੈਂਕ ਯੂ ਵੈਰੀ ਮੱਚ ਵੰਸ ਅਗੇਨ ਫੋਰ ਦਿਸ ਪਲੈਟਫਾਰਮ ਐਂਡ ਇਟ ਇਜ਼ ਇੰਡੀਡ ਅ ਪਲੈਜ਼ਰ ਕਿ ਅੱਜ ਇੱਥੇ ਆਉਣਾ ਔਰ ਇੰਨੇ ਸੁਨਹਿਰੇ ਪਲ ਜੀਣੇ ਔਰ ਸ਼ੇਅਰ ਕਰਨੇ, ਇੱਕ ਬਹੁਤ ਵੱਡੇ ਸ਼ੁਕਰਾਨੇ ਦੇ ਅਸੀਂ ਪਾਤਰ। ਥੈਂਕ ਯੂ ਸੋ ਮੱਚ, ਸੋ ਘੰਟ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਹੀ ਹੈਜ਼ ਬੀਨ ਮਾਈ ਸਟੂਡੈਂਟ ਆਲਸੋ ਐਂਡ ਅ ਵੈਰੀ ਗ੍ਰੇਟ ਫੋਰਸ ਟੂ ਰੈਕਨ ਵਿਦ। ਅਮੇਜ਼ਿੰਗ ਵਰਕ ਦੈਟ ਯੂ ਆਰ ਡੂਇੰਗ ਵਿਦ ਜਸਟਰੀ, ਆਈ ਐਮ ਸੋ ਵੈਰੀ ਪ੍ਰਾਊਡ ਆਫ ਯੂ। ਆਦਰ ਸਿੰਘ ਜੀ ਦੀ ਬਣੀ ਫਿਲਮ ਵਨ ਬੀਟ ਕੱਲ ਫਿਲਮ ਫੈਸਟੀਵਲ ਦੀ ਕਲੋਜ਼ਿੰਗ ਫਿਲਮ ਰਹਿਣੇ ਵਾਲੀ ਹੈ ਔਰ ਵਨ ਬੀਟ ਕੀ ਜਰਨੀ ਸਭ ਨੇ ਦੇਖਣੀ ਹੈ, ਮੈਨੇ ਆਂਖੋਂ ਦੇਖੀ ਹੈ ਔਰ ਆਪਕੋ ਪਰਦੇ ਪੇ ਦਿਖਾਏ। ਰਿਸ਼ਪਾਲ ਸਿੰਘ ਜੀ ਇਜ਼ ਦ ਮੈਨ ਬਿਹਾਈਂਡ ਦ ਮੈਸਿਵ ਆਈ ਕੈਂਪਸ ਜਿਹੜੇ ਪੰਜਾਬ 'ਚ ਲੱਗੇ ਨੇ ਜੀ, ਅਤੇ ਦਰਬਾਰ ਸਾਹਿਬ ਦੇ ਵਿੱਚ ਸੋਲਰ ਪੈਨਲ ਦੀ ਜਿਹੜੀ ਸੇਵਾ, ਬਹੁਤ ਵੱਡੀ ਸੇਵਾ ਇਹਨਾਂ ਨੇ ਆਪਣੇ ਹੱਥੋਂ ਕੀਤੀ ਹੈ। ਜਿਹੜੀ ਇੰਨੀ ਵੱਡੀ ਸੇਵਾ ਹੋਈ ਹੈ ਪੰਜਾਬ 'ਚ ਫਸਟ ਟਾਈਮ ਐਵਰ, ਉਹ ਕੱਲ੍ਹ ਤੁਸੀਂ ਸਾਰੇ ਵੱਡੇ ਪਰਦੇ 'ਤੇ ਦੇਖੋਗੇ, ਵੱਡੇ ਕੰਮ ਜੀ ਵੱਡੇ ਪਰਦੇ 'ਤੇ ਦੇਖਣ ਦਾ ਮਜ਼ਾ ਆਉਂਦਾ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਅੱਛਾ ਜੀ, ਮੇਰੀ ਗੱਲ ਸੁਣ ਲਓ।